ਅਸੀਂ ਸੁੱਤੇ ਪਏ ਆ ਅੰਮ੍ਰਿਤ ਵੇਲੇ ਜਿਨ੍ਹਾਂ ਦੇ ਭਾਗਾਂ 'ਚ ਸਤ ਸੰਗਤ ਦੀਆਂ ਘੜੀਆਂ ਨੇ ਨਾ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਤਾਂ ਪਰਿੰਦੇ ਵੀ ਚੰਗੇ ਨੇ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਨੇ ਗੱਜ ਕੇ ਆਖੋ ਸਤਨਾਮ ਮੈਂ ਬੇਨਤੀ ਕਰਦਾ ਹੁੰਦਾ ਕੰਕਰ ਚੁਗਣ ਥਲ ਵਚਨ ਰੱਬ ਨਾ ਸੁਣਨ ਪਾਸ ਪੰਛੀ ਨੇ ਜਿਹੜੇ ਨਾ ਪੰਛੀ ਦਰਖਤਾਂ ਤੇ ਆਰਾਮ ਕਰਦੇ ਨੇ ਬੈਠਦੇ ਨੇ ਪਰਿੰਦੇ ਪਰ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਕਿ ਸ਼ਾਮ ਨੂੰ ਖਾਣਾ ਸਾਡੇ ਪੇਟ ਵਿੱਚ ਸਾਡੇ ਬੱਚਿਆਂ ਦੇ ਕਿੱਥੋਂ ਆਵੇਗਾ ਇੱਕ ਟਾਈਮ ਦਾ ਚੁਗ ਲਿਆ ਤੇ ਦੂਜੇ ਟਾਈਮ ਦਾ ਦੂਜੇ ਵਕਤ ਦਾ ਕੋਈ ਪਤਾ ਨਹੀਂ ਕਿੱਥੋਂ ਚੋਗਾ ਚੁੱਕ ਕੇ ਲਿਆਵਾਂਗੇ ਕਿੱਥੋਂ ਖਾਣਾ ਮਿਲੇਗਾ ਕਿੱਥੋਂ ਕਿੱਦਾਂ ਕੀ ਕਰਾਂਗੇ ਪਰ ਇੱਕ ਗੱਲ ਜ਼ਰੂਰ ਹੈ ਉਹਨਾਂ ਦੇ ਮਨ ਵਿੱਚ ਉਹਨਾਂ ਨੇ ਅੰਮ੍ਰਿਤ ਵੇਲੇ ਜਾਗਣਾ ਹੈ ਤੇ ਰੱਬ ਦੀ ਇਬਾਦਤ ਕਰਨੀ ਹੈ ਰੱਬ ਦੀ ਆਵਾਜ਼ ਵਿੱਚ ਬੈਠਣਾ ਜੁੜਨਾ ਹੈ ਅੰਮ੍ਰਿਤ ਵੇਲੇ ਉੱਠ ਕੇ ਪਾਤਸ਼ਾਹ ਮਹਾਰਾਜ ਨੇ ਕਹਿਤਾ ਕੰਕਰ ਚੁਗਣ ਥਲ ਵਚਨ ਰੱਬ ਨਾ ਸੁਣਨ ਪਾਸ ਪਰ ਉਹ ਰੱਬ ਦਾ ਕਦੇ ਡਰ ਨਹੀਂ ਛੱਡਦੇ ਕਿਉਂਕਿ ਉਹਨਾਂ ਨੂੰ ਭਰੋਸਾ ਹੈ ਪੂਰਾ ਗੁਰੂ ਆਪਾਂ ਨੂੰ ਸਤਿਗੁਰਾਂ ਨੇ ਸਾਰਾ ਕੁਝ ਬਖਸ਼ਿਸ਼ ਕੀਤਾ ਹੈ ਭਾਈ ਕੀ ਨਹੀਂ ਆਪਣੇ ਕੋਲ ਸਭ ਕੁਝ ਹੈ ਮਾਨਸ ਦੇ ਇਹ ਸਰੀਰ ਸੋਹਣਾ ਬਖਸ਼ਿਸ਼ ਕਰਦਾ ਬੰਦੇ ਦਾ ਜਿਹੜਾ ਮਾਇੰਡ ਆ ਨਾ ਦਿਮਾਗ ਕੁਝ ਵੀ ਕਰ ਸਕਦਾ ਬੰਦਾ ਬੰਦੇ ਨੂੰ ਗਿਆਨ ਦਿੱਤਾ ਸੋਝੀ ਦਿੱਤੀ ਨਹਾ ਵੀ ਸਕਦਾ ਹੈ ਕੱਪੜੇ ਵੀ ਧੋ ਸਕਦਾ ਹੈ ਸੋਹਣੇ ਵਸਤਰ ਪਾ ਸਕਦਾ ਹੈ ਸਾਰਾ ਕੁਝ ਬੰਦਾ ਇਨਸਾਨ ਕਰ ਸਕਦਾ ਮਹਾਰਾਜ ਨੇ ਦਿੱਤਾ ਨਾ ਸਾਰਾ ਕੁਝ ਘਰਾਂ ਵਿੱਚ ਅਨਾਜ ਇਕੱਠਾ ਕਰਕੇ ਰੱਖੀਦਾ ਵੀ ਭੈਣ ਭਾਈ ਰਿਸ਼ਤੇਦਾਰ ਛੇ ਮਹੀਨੇ ਚਾਰ ਮਹੀਨੇ ਸਾਲ ਸਾਰਾ ਕੁਝ ਮਹਾਰਾਜ ਨੇ ਦਿੱਤਾ ਘਰ ਵੀ ਦਿੱਤਾ ਹੈ ਗੱਡੀ ਵੀ ਦਿੱਤੀ ਹੈ ਮੋਟਰਸਾਈਕਲ ਵੀ ਦਿੱਤਾ ਸਾਰਾ ਕੁਝ ਦਿੱਤਾ ਨਾ ਮਾਨਸ ਦੇਹ ਵੀ ਸੁੰਦਰ ਸੋਹਣਾ ਸਰੀਰ ਵੀ ਸਤਿਗੁਰਾਂ ਨੇ ਆਪਾਂ ਨੂੰ ਬਖਸ਼ਿਸ਼ ਕਰਤਾ ਹੈ ਫਿਰ ਵੀ ਅੰਮ੍ਰਿਤ ਵੇਲੇ ਨਹੀਂ ਜਾ ਰਿਹਾ ਫਿਰ ਕੌਣ ਆਪਣੇ ਨਾਲ ਪੰਛੀ ਚੰਗੇ ਹੋ ਜਾਣ ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਨੂੰ ਸੰਭਾਲ ਕੀ ਬੇਨਤੀ ਕਰਨੀ ਹੈ ਸਤਿਗੁਰੂ ਜੀ ਮੈਂ ਮੇਰਾ ਮਨ ਸੁੱਤਾ ਪਿਆ ਐਸਾ ਕੋਈ ਵਪਾਰੀ ਭੇਜੋ ਐਸਾ ਕੋਈ ਰੱਬ ਦਾ ਪਿਆਰਾ ਭੇਜੋ ਜੋ ਸਾਨੂੰ ਜਗਾ ਦੇ ਮਹਾਰਾਜ ਕਹਿੰਦੇ ਗਾਫਲਾ ਇੱਥੇ ਤੇ ਜਦੋਂ ਐਸੀ ਨੀਂਦ ਸੌਂ ਗਿਆ ਨਾ ਇੱਕ ਦਿਨ ਐਸਾ ਸੰਭਾਉਣਾ ਹੈ ਐਸੀ ਬੁੜੀ ਨੀਂਦ ਦੇ ਵਿੱਚ ਸੌਂ ਜਾਣਾ ਫਿਰ ਕਿਸੇ ਨੇ ਨਹੀਂ ਜਗਾਉਣਾ ਤੈਨੂੰ ਠਾਉਣਗੇ ਭੈਣ ਭਾਈ ਰਿਸ਼ਤੇਦਾਰ ਸਾਰੇ ਠਾਉਣਗੇ ਉੱਠ ਤੇ ਪਰ ਉਦੋਂ ਤੇਰੀ ਆਵਾਜ਼ ਵੀ ਨੀ ਨਿਕਲਣੀ ਤੈਥੋਂ ਉੱਠ ਨੀ ਆਉਣਾ ਬੁੱਲ ਨੀ ਆਉਣਾ ਐਸੀ ਬੁੜੀ ਨੀਂਦ ਵਿੱਚ ਸੌਂ ਜਾਣਾ ਰੱਬ ਦੀ ਇਬਾਦਤ ਕਰਨੀ ਹੈ ਰੱਬ ਦੇ ਦਰ ਨਾਲ ਜੁੜਨਾ ਹੈ ਸੇਵਾ ਕਰਨੀ ਹੈ ਸਿਮਰਨ ਕਰਨਾ ਹੈ ਤੇ ਸਤਿਗੁਰੂ ਤੋਂ ਮੰਗਣਾ ਕੀ ਹੈ ਇਹੀ ਦਾਤ ਮੰਗਣੀ ਹੈ ਮਾਲਕਾ ਬੜਿਓ ਪ੍ਰੇਮ ਨਾਲ ਸਾਰੇ ਸਾਡੇ ਘਰੇ ਨੀ ਸਹੀ ਸਤਿਗੁਰ ਆਏ ਆਂਗਣਾ ਗੁਆਂਢਣਾ ਨੇ ਫੁੱਲ ਵਰਸਾਏ ਪ੍ਰੇਮ ਨਾਲ ਫੁੱਲ ਸਾਡੇ ਘਰੇ ਨੀ ਸਹੀ ਸਤਿਗੁਰ ਤੁਹਾਡੀ ਆਵਾਜ਼ ਆਉਣੀ ਚਾਹੀਦੀ ਸਾਰੀ ਸੰਗਤ ਦੀ ਆਵਾਜ਼ ਆਉਣੀ ਚਾਹੀਦੀ ਹੈ ਕੋਈ ਵੀ ਐਸਾ ਪ੍ਰਾਣੀ ਐਸਾ ਵਿਅਕਤੀ ਨਾ ਹੋਵੇ ਐਸਾ ਸਰੀਰ ਨਾ ਹੋਵੇ ਜਿਹੜਾ ਸੰਗਤ ਵਿੱਚ ਨਾ ਬੋਲੇ ਸਾਰੇ ਚਾਹ ਸਕੇ ਆਏ ਆ ਉਦੋਂ ਬਾਅਦ ਵਿੱਚ ਵੀ ਛਕਣੀ ਹੈ ਤੇ ਸਾਰਿਆਂ ਨੇ ਗੱਜ ਵੱਜ ਕੇ ਬੋਲਣਾ ਕੋਈ ਵੀ ਪਰਿਵਾਰ ਐਸਾ ਨਾ ਹੋਵੇ ਬਿਨਾਂ ਸਾਜਾਂ ਤੋਂ ਸਾਡੇ ਘਰੇ ਨੀ ਸਹੀ ਉਹ ਸਤਿਗੁਰ ਆਏ ਸਾਡੇ ਘਰੇ ਨੀ ਸਹੀ ਉਹ ਸਤਿਗੁਰ ਆਏ ਸਾਡੇ ਸਾਡੇ ਆਡਣ
ਵੰਡਣਾ ਨੇ ਫੁੱਲ ਬਰਸਾਏ ਆਪਣਾ ਗਵਾਂਡਣਾ ਨੇ ਫੁੱਲ ਬਰਸਾਏ ਸਤਿਗੁਰਾਂ ਦੀ ਜੋਤ ਜਿੱਥੇ ਸੰਗਤ ਆ ਗਈ ਉੱਥੇ ਰੱਬ ਆ ਗਿਆ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਸੰਗਤ ਦੇ ਵਿੱਚ ਰੱਬ ਵਸਦਾ ਹੈ ਗੁਰਮੁਖ ਪਰਿਵਾਰ ਦੇ ਗ੍ਰਹਿ ਵਿੱਚ ਸੰਗਤਾਂ ਨੇ ਚਰਨ ਪਵਾਏ ਨੇ ਪਰਿਵਾਰ ਤੇ ਬੜੀ ਰਹਿਮਤ ਹੋਈ ਹੈ ਇਹ ਸਮਾਂ ਝੋਲੀ ਵਿੱਚ ਪਿਆ ਇਹੀ ਸਮਾਂ ਲਿਖੇ ਦੇ ਵਿੱਚ ਹੈ ਜੋ ਸਾਂ ਜਾਤ ਸਾਈਂ ਦੀ ਗੁਜਰੇ ਪੈਂਦੀ ਜੋ ਉਸ ਪਿਆਰੇ ਦੀ ਉਸ ਰੱਬ ਦੀ ਆਵਾਜ਼ ਦੇ ਵਿੱਚ ਸਮਾਂ ਬੀਤ ਹੋ ਜਾਏ ਮਹਾਰਾਜ ਕਹਿੰਦੇ ਉਹੀ ਲਿਖੇ ਜਾਗਾ ਜਿਆ ਸਦਨਾ ਆਓ ਜੀ ਕਰਮਾ ਵਾਲਿਆਂ ਬਣਭਾਗਾ ਵਾਲਿਆਂ ਸਤਿਗੁਰਾਂ ਦੀ ਮੋਹ ਦੇ ਵਿੱਚ ਸਾਰਿਆਂ ਨੂੰ ਬਹਾਲਿਆ ਸਤਿਗੁਰਾਂ ਨੇ ਪਰਿਵਾਰ ਵੱਲੋਂ ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨਾਂ ਦੀ ਜੋ ਮੈਂ ਬੇਨਤੀ ਕਰਦਾ ਹੁੰਦਾ ਭਾਈ ਕਾਰ ਸੇਵਾ ਚੱਲ ਰਹੀ ਹੈ